चन्ना पेड़ पे सारे साथ संगत सरकार के बुजुर्ग नौजवान मावा भैना छोटे बच्चे सब पहला फतेह सांझी करो वाहेगुरु जी का खालसा वाहेगुरु जी की फतेह। वीरो प्यार ही इन्ना ज्यादा मिल रहा है। अच्छा गाँव का नहीं चलो अभी कहा अभी कहा अभी कहा गड्ढी के कारण कोई थकावट नहीं क्योंकि हम मेनू बोलने की लोड़ ही नहीं आ बोल के मैं माकड़ा पड़ा है पहले तेल पवा के मां प्यो ने कई लड़ना भी पिया होगा दुनिया सजदा करती है पार्लीमेंट दे विच तुसीं मैनूं भेजिया चलो बाकी तो मैं बोलना ही बोलना सी छोटे साहिबजादियां नूं श्रद्धांजलि 27 दिसंबर 2018 नूं करवाई ते रिकॉर्ड ते चढ़वाई उहदा मतलब इह हो गया कि हुण रहिंदी दुनिया तक जदों तक चंद सूरज ते धरती रहणगे हर 27 दिसंबर नूं छोटे साहिबजादियां नूं श्रद्धांजलि दित्ती जाया करूगी। मेरी गड्डी जिहड़ी है ਉਹ ਸਰੋਪਿਆਂ ਨਾਲ ਭਰ ਜਾਂਦੀ ਹੈ ਹੁਣ ਕਿਉਂਕਿ ਮੈਂ ਸਤਿਕਾਰ ਨਾਲ ਘਰੇ ਜਾ ਕੇ ਰੱਖਦਾ ਉਹਨਾਂ ਨੂੰ ਇਹ ਪਿਆਰ ਪਹਿਲਾਂ ਕਿਸੇ ਟਾਈਮ 'ਤੇ ਅਕਾਲੀ ਦਲ ਨੂੰ ਮਿਲਦਾ ਹੁੰਦਾ ਸੀ ਕਿ ਜਦੋਂ ਉਹ ਕੁਰਬਾਨੀਆਂ ਵਾਲੀ ਪਾਰਟੀ ਹੁੰਦੀ ਸੀ ਜਦੋਂ ਤਰਕਤ ਮੋਰਚੇ ਲਾਉਂਦੇ ਸੀ ਉਹ ਜਦੋਂ ਇਹ ਕਿਹਾ ਜਾਂਦਾ ਸੀ ਕਿ ਜੇ ਕੋਈ ਵਿਗੜਨ ਦਾ ਮੁੰਡਾ ਕਿਸੇ ਦਾ ਉਹਨੂੰ ਅਕਾਲੀ ਦਲ 'ਚ ਭਰਤੀ ਕਰਾ ਦਿਓ 2-3 ਮਹੀਨਿਆਂ 'ਚ ਠੀਕ ਹੋ ਜੂਗਾ ਸੱਚਾ ਸੁੱਚਾ ਹੋ ਜੂਗਾ ਹੁਣ ਉਲਟਾ ਜੇ ਕੋਈ ਸੱਚਾ ਸੁੱਚਾ ਹੈ ਅਕਾਲੀ ਦਲ 'ਚ ਭਰਤੀ ਕਰਾ ਦਿਓ ਜਾਂ ਬਲੈਕ ਬਲੈਕੀਆ ਬਣ ਜੂਗਾ ਜਾਂ ਚਿੱਟਾ ਮਾਰਨ ਲੱਗ ਜੂਗਾ ਹੁਣ ਗੱਲਾਂ ਹੋਰ ਨੇ ਇਸੇ ਕਰਕੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ ਕਾਂਗਰਸ ਨੇ ਜਿਹੜੀ ਹੈ ਉਹਨੇ ਬਾਹਰ ਖਿਲਾਫੀ ਕੀਤੀ ਹੈ ਕੋਈ ਘਰ ਘਰ ਨੌਕਰੀਆਂ ਕੋਈ ਦਰਜੇ ਮਾਪੇ ਕੋਈ ਸਮਾਜ ਸਮੂਹ ਕੈਪਟਨ ਅਮਰਿੰਦਰ ਵੀ ਉਹ ਤਾਂ ਟਰੈਕਟਰ 'ਤੇ ਆ ਗਿਆ ਕਹਿੰਦਾ ਸੀ ਰਾਹੁਲ ਗਾਂਧੀ ਨੇ ਨਾ ਰਾਹੁਲ ਗਾਂਧੀ ਟਰੈਕਟਰ 'ਤੇ ਸੀ ਕੈਪਟਨ ਡਰਾਜਾ ਬੈਠਾ ਕਿਤੇ ਪਲਟਾ ਹੀ ਨਾ ਦੇਵੇ ਯਾਰ ਪਰਮਿੰਦਰ ਢੀਂਡ ਸਾਡੇ ਕੇਵਲ ਢਿੱਲੋ ਵੀ ਹੁਣ ਤਾਂ ਮੋਟਰਸਾਈਕਲ 'ਤੇ ਆ ਗਏ ਲੈ ਹੁਣ ਕੱਲ੍ਹ ਨੂੰ ਚੰਨ ਨਾਲ ਵਾਲੇ ਕਹਿੰਦੇ ਕਹਿੰਦੇ ਅਸੀਂ ਤੈਨੂੰ ਸਾਈਕਲ 'ਤੇ ਲੈ ਕੇ ਜਾਵਾਂਗੇ ਉਹ ਮੈਂ ਕਿਹਾ ਇਹਨਾਂ ਤੋਂ ਸਾਈਕਲ 'ਤੇ ਬੈਠਿਆ ਨਹੀਂ ਜਾਣਾ ਤੁਸੀਂ ਦੇਖੋ ਕਿਵੇਂ ਜੇ ਲੱਗੂਗਾ ਫਿਰ ਤੁਸੀਂ ਰਾਹੁਲ ਗਾਂਧੀ ਸਾਈਕਲ ਚਲਾ ਰਿਹਾ ਮੂਹਰੇ ਡੰਡੇ 'ਤੇ ਕੈਪਟਨ ਬੈਠਾ ਜਿਵੇਂ ਪੁਰਾਣੇ ਜ਼ਮਾਨੇ 'ਚ ਘਰ ਵਾਲੀ ਲਿਆਉਂਦੇ ਹੁੰਦੇ ਸੀ ਸਹੁਰੇ ਤੋਂ ਝੋਲਾ ਬੰਨ ਕੇ ਨਾਲ ਤਲੀ 'ਤੇ ਹੈਂਡਲ 'ਤੇ ਸੋ ਵੀਰੋ ਇਹਨਾਂ ਦੀਆਂ ਟੱਲੀਆਂ ਬੱਜੀਆਂ ਪਈਆਂ ਨੇ ਹੁਣ ਅੱਜ ਫਰੀਦਕੋਟ ਦੇ ਵਿੱਚ ਨੇ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਹੋਈ ਉਹਨਾਂ ਨਾਲ ਹੋਣੀ ਉਹ ਕਹਿੰਦੇ ਵੀ ਕਮਾਲ ਹੋਈ ਪਈ ਹੈ ਹਨੇਰੀ ਆਈ ਪਈ ਹੈ ਅਤੇ ਝਾੜੂ ਫਿਰ ਰਿਹਾ ਇਹਦੇ ਨਾਲ ਇਹਨਾਂ ਨੂੰ ਅਕਲ ਆਊਗੀ ਅਸਲ 'ਚ ਜੇ ਕਾਂਗਰਸ ਜਿੱਤ ਗਈ ਨਾ ਉਹਨਾਂ ਨੂੰ ਐਂ ਲੱਗੂਗਾ ਵੀ ਲੋਕ ਤਾਂ ਪੌਦੇ ਪੂਦੇ ਭੁੱਲ ਗਏ ਸਭ ਉਹ ਛੋਟੋ ਫੜੋ ਕਿਹੜਾ ਨਾ ਕਿਹੜੇ ਮੋਬਾਈਲ ਫੋਨ ਦੇਣ ਦੀ ਲੋੜ ਆ ਕਿਹੜੇ 5 ਮਹਲਿਆਂ ਦੇ ਪਲਾਟ ਕਿਹੜੇ ਕਰਜ਼ੇ ਮਾਫ਼ ਕਿਹੜੀਆਂ ਪੈਨਸ਼ਨਾਂ ਛੱਡੋ ਪਰੇ ਭੁੱਲ ਗਏ ਲੋਕ ਆਪਾਂ ਨੂੰ ਵੋਟਾਂ ਫੇਰ ਪਾ ਦੀਆਂ ਅਤੇ ਜੇ ਝਾੜੂ ਫਿਰ ਗਿਆ ਫਿਰ 2022 ਤੋਂ ਪਹਿਲਾਂ ਸੋਚਣਗੇ ਵੀ ਯਾਰ ਕਿਤੇ ਬਾਈ 'ਚ ਨਾ ਹੋਏ ਝਾੜੂ ਫਿਰ ਜੇ ਕੰਮ ਕਰ ਦਈਏ ਦੋ ਚਾਰ ਇਹਨੂੰ ਡਰਾ ਕੇ ਕਰੋ ਕੰਮ ਜਦੋਂ ਮਾਂ ਜਦੋਂ ਬੱਚਾ ਕੁਲਫੀ ਮੰਗਦਾ ਮਾਂ ਕਹਿੰਦੀ ਮੈਂ ਲੈ ਕੇ ਦੇਣੀ ਕੁਲਫੀ ਬੱਚਾ ਕੀ ਕਹਿੰਦਾ ਹੁੰਦਾ ਬੇਬੇ ਮੈਂ ਤਾਂ ਲੇਟੂ ਉਹਨੂੰ ਪਤਾ ਹੁੰਦਾ ਵੀ ਜੇ ਮੈਂ ਲੇਟ ਗਿਆ ਕੱਪੜੇ ਖਰਾਬ ਹੋਣਗੇ ਮਾਂ ਨੂੰ ਪਤਾ ਹੁੰਦਾ ਮੈਨੂੰ ਧੋਣੇ ਪੈਣਗੇ ਕਹਿੰਦੇ ਚੱਲ ਕੁਲਫੀ ਲੈ ਲਾ ਲੇਟਣਾ ਤੂੰ ਤੁਸੀਂ ਐਤਕੀ ਲੇਟੀ ਹੋਊਗੀ ਇਸ ਤਰ੍ਹਾਂ ਲੇਟ ਰਹੇ ਹਾਂ ਅਸੀਂ 19 ਤਰੀਕ ਨੂੰ ਕੱਲ੍ਹ ਲੇਟ ਗਏ ਇਸ ਤਰ੍ਹਾਂ ਬਾਈ ਅਸੀਂ ਆਮ ਆਦਮੀ ਪਾਰਟੀ ਵਾਲੇ ਵਾਸਤੇ ਬਾਅਦ ਲੈ ਆਪ ਪੈਲੇਟੇ ਲੈ ਕਰੋ ਕੰਮ ਉਸ ਤੋਂ ਬਾਅਦ ਕੰਮ ਕਰਾਉਣਾ ਮੇਰੀ ਜ਼ਿੰਮੇਵਾਰੀ ਹੈ ਜਿੰਨੀਆਂ ਵੱਧ ਸੀਟਾਂ ਹੋਣਗੀਆਂ ਪੰਜਾਬ 'ਚੋਂ ਉੰਨੇ ਮੈਨੂੰ ਪਾਰਲੀਮੈਂਟ 'ਚ ਵੱਧ ਟਾਈਮ ਮਿਲੂਗਾ ਤਾਂ ਸਮੀਕਰਨ ਜਿਹੜੇ ਨੇ ਬਦਲ ਰਹੇ ਨੇ
ਨਾ ਤਾਂ ਬਣ ਰਹੀ ਹੈ ਮੋਦੀ ਦੀ ਤੇ ਨਾ ਬਣ ਰਹੀ ਹੈ ਕਾਂਗਰਸ ਦੀ। ਤੀਜਾ ਸਮੀਕਰਨ ਬਣ ਰਿਹਾ ਹੈ ਉਹਦੇ ਮਮਤਾ ਬੈਨਰਜੀ ਹੋਰੀ ਆ ਰਹੀਆਂ ਨੇ 40-40 ਸੀਟਾਂ ਲੈ ਕੇ, ਉਹਨਾਂ ਨਾਲ ਆਪਣੀ ਦੋਸਤੀ ਹੈ, ਸਰਕਾਰ ਦੇ ਵਿੱਚ ਵੜਾਂਗੇ। ਜੇ ਗਰਾਰੀ ਵਾਲਾ ਦੰਦਾ ਤਹਾਂ ਵਾਲਾ ਫਸ ਗਿਆ ਨਾ, ਅਨਿਲ ਕਪੂਰ ਦੀ ਫਿਲਮ ਨਾਇਕ ਵਾਂਗੂ 70 ਸਾਲ ਦੇ ਧੋਣੇ ਧੋ ਦਿਆਂਗੇ ਗਰਾਂ। ਜਦੋਂ ਤੁਸੀਂ ਇੱਕ ਤਾਂ ਮੇਰੇ ਕੋਲ ਤਕਨੀਕਾਂ ਵਾਲੀਆਂ ਨੇ, ਇਹ ਤਕਨੀਕਾਂ 'ਚ ਹਾਰ ਜਾਂਦੇ ਨੇ, ਹੁਣ ਇੱਕ ਹੋਰ ਕੱਢ ਰੱਖੀ ਹੈ ਮੈਂ। ਜਦੋਂ ਤੁਸੀਂ ਵੋਟ ਪਾਉਣ ਜਾਓਗੇ, ਮਸ਼ੀਨ ਦਾ ਬਟਨ ਦੱਬੋਗੇ ਝਾੜੂ ਵਾਲਾ 19 ਤਰੀਕ ਨੂੰ, ਤਾਂ ਮਸ਼ੀਨ 'ਚੋਂ ਇੱਦਾਂ ਦੀ ਆਵਾਜ਼ ਆਊਗੀ ਇੱਕ। ਇਹ ਮਸ਼ੀਨ ਦੀ ਆਵਾਜ਼ ਨਹੀਂ ਹੋਣੀ ਛੰਨਾ ਗੁਲਾਬ ਸਿੰਘ ਵਾਲਿਓ, ਇਹ ਪਰਮਿੰਦਰ ਢੀਂਡਸੇ ਤੇ ਕੇਵਲ ਢਿੱਲੋਂ ਦੀਆਂ ਚੀਕਾਂ ਹੋਣਗੀਆਂ ਜਿੰਨੀਆਂ ਮਰਜ਼ੀ। ਲਾ ਦੇ ਵੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ।